ਅਸੀਂ ਗਏ ਹਾਂ ਆਪਣੇ ਰਿਸ਼ਤੇਦਾਰਾਂ ਕੋਲ ਅਤੇ ਉਹ ਕਹਿੰਦੇ ਵੀ ਸਾਨੂੰ ਕੋਈ ਮਿਸਤਰੀ ਨਹੀਂ ਲੱਭਣ ਡਿਆ, ਅਸੀਂ ਆਪਣੀ ਛੱਤ 'ਤੇ ਜਹਾਜ਼ ਲਵਾਂਗੇ। ਅਤੇ ਮੇਰੇ ਦਿਮਾਗ 'ਚ ਆਇਆ ਵੀ ਆਪਣਾ ਮਿੱਤਰ ਹੈਗਾ, ਫੋਨ ਕਰਕੇ ਵੇਖ ਲੈਂਦੇ ਹਾਂ। ਇਹਨਾਂ ਨੂੰ ਫੋਨ ਕੀਤਾ ਅਤੇ ਇਹਨਾਂ ਨੇ ਹਾਂ ਕਰ ਦਿੱਤੀ। ਸਾਰੇ ਵਧਾਈਆਂ ਦੇਣ ਡੇ ਆ ਵੀ ਸਾਡਾ ਭਰਾ ਚਲੋ ਥੋੜਾ ਬਹੁਤ ਵਾਇਰਲ ਹੋ ਰਿਹਾ। ਪੰਜਾਬੀਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਅਕਸਰ ਵੱਖ ਵੱਖ ਕਲਾਕ੍ਰਿਤੀਆਂ ਵੇਖਣ ਨੂੰ ਮਿਲਦੀਆਂ ਨੇ। ਕੋਈ ਘਰ ਦੀ ਛੱਤ ਤੇ ਬਾਜ਼ ਬਣਾਉਂਦਾ ਏ, ਕੋਈ ਫੁੱਟਬਾਲ, ਕੋਈ ਕਿਸਾਨ ਹੱਲ ਕਾਰ ਤੇ ਕੋਈ ਕੁਛ। ਪਰ ਗੁਰਦਾਸਪੁਰ ਦੇ ਇੱਕ ਪਰਿਵਾਰ ਨੂੰ ਘਰ ਦੀ ਛੱਤ ਤੇ ਜਹਾਜ਼ ਬਣਾਉਣ ਦਾ ਸ਼ੌਂਕ ਚੜਿਆ ਅਤੇ ਇਟਲੀ ਰਹਿਣ ਦੇ ਪਰਿਵਾਰ ਦੇ ਨੌਜਵਾਨ ਵੱਲੋਂ ਇਟਲੀ ਤੋਂ ਜਹਾਜ਼ ਦਾ ਮਾਡਲ ਭੇਜਿਆ ਗਿਆ ਤੇ ਹੁਣ ਇਹ ਪੂਰੇ ਦਾ ਪੂਰਾ ਜਹਾਜ਼ ਬਟਾਲਾ ਦਾ ਇੱਕ ਲੋਹੇ ਦਾ ਕਾਰੀਗਰ ਤਿਆਰ ਕਰ ਰਿਹਾ ਜੋ ਲਗਭਗ ਮੁਕੰਮਲ ਹੋ ਚੁੱਕਿਆ ਹੈ। 30 ਸਾਲ ਉਮਰ ਦੇ ਕਾਰੀਗਰ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤੇ ਗਏ ਜਹਾਜ਼ ਨੂੰ ਦੂਰੋਂ ਦੂਰੋਂ ਲੋਕ ਵੇਖਣ ਆ ਰਹੇ ਨੇ ਅਤੇ ਇਸ ਦੇ ਨਾਲ ਸੈਲਫੀਆਂ ਵੀ ਲੈ ਰਹੇ ਨੇ। ਕਾਰੀਗਰ ਗੁਰਪ੍ਰੀਤ ਸਿੰਘ ਦਾ ਦਾਅਵਾ ਹੈ ਕਿ ਸ਼ੀਸ਼ਾ ਲੱਗਣ ਅਤੇ ਪੇਂਟਿੰਗ ਹੋਣ ਤੋਂ ਬਾਅਦ ਹੂਬਹੂ ਇਟਲੀ ਦੇ ਜਹਾਜ਼ਾਂ ਵਰਗੀ ਇਸ ਦੀ ਦਿੱਖ ਨਜ਼ਰ ਜਿਹੜੀ ਹੈ ਉਹ ਆਵੇਗੀ। ਇਹ ਜਹਾਜ਼ 35 ਫੁੱਟ ਲੰਬਾ ਹੈ, ਅਰਧ ਗੋਲਾਕਾਰ ਰੂਪ ਵਿੱਚ ਅਤੇ 7 ਫੁੱਟ ਚੌੜਾ ਹੈ। ਇਸ ਵਿੱਚ ਬੈਠਣ ਲਈ 16 ਸੀਟਾਂ ਜਿਹੜੀਆਂ ਨੇ ਉਹ ਵੀ ਬਣੀਆਂ ਗਈਆਂ ਨੇ ਅਤੇ ਜਹਾਜ਼ ਦੇ ਪਿੰਡ ਜਿਹੜੇ ਨੇ ਉਹ ਪਿੰਡ ਹਯਾਤ ਨਗਰ ਦੇ ਇੱਕ ਘਰ ਦੀ ਛੱਤ ਤੇ ਲੱਗੇਗਾ। ਤੇ ਜਾਣਕਾਰੀ ਦਿੰਦੇ ਆ, ਬਟਾਲਾ ਦੇ ਇੱਕ ਲੋਹੇ ਦੇ ਕਾਰੀਗਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਦੇ ਇੱਕ ਜਾਣ ਪਹਿਚਾਣ ਵਾਲੇ ਨੌਜਵਾਨ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਦੀ ਛੱਤ ਤੇ ਲਗਾਉਣ ਲਈ ਉਸਨੂੰ ਇੱਕ ਜਹਾਜ਼ ਬਣਾਉਣ ਦਾ ਆਰਡਰ ਦਿੱਤਾ ਹੈ। ਉਸਨੂੰ ਇਟਲੀ ਦੇ ਇੱਕ ਜਹਾਜ਼ ਦਾ ਮਾਡਲ ਵੀ ਦਿੱਤਾ ਗਿਆ ਤੇ ਕਿਹਾ ਗਿਆ ਹੈ ਕਿ ਹੂ ਬਹੂ ਅਜਿਹਾ ਹੀ ਜਹਾਜ਼ ਜਿਹੜਾ ਹੈ ਉਹ ਤਿਆਰ ਕਰਨਾ ਹੈ ਤੇ ਹੁਣ ਉਸ ਵੱਲੋਂ ਇਹ ਜਹਾਜ਼ ਲਗਭਗ ਤਿਆਰ ਕਰ ਦਿੱਤਾ ਗਿਆ ਤੇ ਸ਼ੀਸ਼ੇ ਦਾ ਥੋੜ੍ਹਾ ਜਿਹਾ ਕੰਮ ਜਿਹੜਾ ਹੈ ਉਹ ਬਾਕੀ ਰਹਿੰਦਾ ਹੈ। ਇਸ ਦੇ ਮਟੀਰੀਅਲ ਤੇ ਹੁਣ ਤੱਕ 2.5 ਲੱਖ ਰੁਪਇਆ ਜਿਹੜਾ ਹੈ ਉਹ ਖਰਚਾ ਆ ਚੁੱਕਿਆ ਹੈ ਤੇ ਇਸ ਖਰਚੇ ਵਿੱਚ ਉਸਦੀ ਮਜ਼ਦੂਰੀ ਸ਼ਾਮਿਲ ਨਹੀਂ ਹੈ। ਲਗਭਗ ਹਫ਼ਤੇ ਬਾਅਦ ਇਹ ਜਹਾਜ਼ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਤੇ ਗੁਰਦਾਸਪੁਰ ਭੇਜ ਦਿੱਤਾ ਜਾਵੇਗਾ। ਗੁਰਪ੍ਰੀਤ ਸਿੰਘ ਅਨੁਸਾਰ ਦੱਸਦੇ ਇਹ ਜਹਾਜ਼ ਨੂੰ ਦੇਖਣ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਇੱਥੋਂ ਤੱਕ ਕਿ ਸੈਲਫੀਆਂ ਵੀ ਲੈਂਦੇ ਨੇ। ਜਹਾਜ਼ ਬਣਾਉਣ ਕਾਰਨ ਉਸਦੀ ਵੀ ਕਾਫ਼ੀ ਮਸ਼ਹੂਰੀ ਜਿਹੜੀ ਹੈ ਉਹ ਹੋ ਗਈ ਹੈ ਤੇ ਆਓ ਹੁਣ ਤੁਹਾਡੀ ਗੱਲ ਕਰਵਾਉਂਦੇ ਹਾਂ ਜੋ ਕਿ ਇਹ ਜਹਾਜ਼ ਤਿਆਰ ਕਰ ਰਹੇ ਨੇ, ਕਲਾਕਾਰ ਨੇ ਜੋ ਕਿ ਕਾਰੀਗਰ ਨੇ ਇਸ ਜਹਾਜ਼ ਨੂੰ ਬਣਾਉਣ ਦੇ ਲਈ। ਗੁਰਪ੍ਰੀਤ ਸਿੰਘ ਦੇ ਨਾਲ ਹੂ ਬਹੂ ਤੁਹਾਨੂੰ ਵੀ ਮਿਲਾਉਂਦੇ ਹਾਂ ਤੇ ਦੇਖਦੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਮਿਹਨਤ ਮੁਸ਼ਕਤ ਤੱਕ ਇਹ ਜਹਾਜ਼ ਨੂੰ ਜਿਹੜਾ ਹੈ ਉਹ ਪਹੁੰਚਾ ਦਿੱਤਾ ਹੈ ਤੇ ਕਿੰਨਾ ਕੁ ਕੰਮ ਜਿਹੜਾ ਹੈ ਉਹ ਬਾਕੀ ਰਹਿੰਦਾ ਹੈ। ਆ ਬਟਾਲੇ ਵਿੱਚ ਇਹਨੇ ਜਹਾਜ਼ ਮੁੜੇ ਕੀਤਾ ਪਹਿਲੀ ਵਾਰ ਤਿਆਰ ਤੇ ਇਸ ਕਰਕੇ ਜਿਹਨੇ ਹੋਰ ਵੀ ਆਰਡਰ ਤੇ ਤਿਆਰ ਹੋਏ ਕਰੇਗਾ ਇਹ ਫਿਰ ਉਹ ਖਬਰ ਅੱਜ ਆਪਣਾ ਹਵਾਈ ਜਹਾਜ਼ ਦੀ ਫੋਟੋ ਵੇਖ ਲਓ ਜਾਂ ਤਿਆਰ ਕੀਤਾ। ਸੋ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰਤਾ ਬੜੀ। ਹਾਂਜੀ 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 ਬਟਾਲੇ ਦਾ ਇਹ ਜਹਾਜ਼ ਨੇ ਜਾਣਾ ਜੇ ਗੁਰਦਾਸਪੁਰ ਦੇ ਲਾਗੇ ਉੱਥੇ ਲੱਗਣਾ ਜਾ ਕੇ ਤੇ ਇਸ ਤਾਂ ਪਹਿਲੀ ਵਾਰ ਜਹਾਜ਼ ਕੀਤਾ ਲੋਹੇ ਦਾ ਕੰਮ ਨੇ ਮਾੜਾ ਪੈ ਗਿਆ ਤੇ ਹੁਣ ਇਹ ਪਾਸੇ ਹਵਾਈ ਜਹਾਜ਼ ਚਾਰਜ ਕਰਨਾ ਪੈ ਰਹੇ। ਅਸੀਂ ਗਏ ਹਾਂ ਆਪਣੇ ਰਿਸ਼ਤੇਦਾਰਾਂ ਕੋਲ ਤੇ ਉਹ ਕਹਿੰਦੇ ਵੀ ਸਾਨੂੰ ਕੋਈ ਮਿਸਤਰੀ ਨਹੀਂ ਲੱਭਣ ਡਿਆ, ਅਸੀਂ ਆਪਣੀ ਛੱਤ ਤੇ ਜਹਾਜ਼ ਲਵਾਂ। ਤੇ ਮੇਰੇ ਦਿਮਾਗ 'ਚ ਆਇਆ ਵੀ ਆਪਣਾ ਮਿੱਤਰ ਹੈਗਾ, ਫੋਨ ਕਰਕੇ ਵੇਖ ਲੈਂਦੇ ਹਾਂ। ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਹਾਂ ਕਰ ਦਿੱਤੀ ਵੀ ਤੁਸੀਂ ਆਰਡਰ ਕਰੋ, ਕੋਈ ਗੱਲ ਨਹੀਂ, ਵਧੀਆ ਚੀਜ਼ ਬਣਾ ਕੇ ਦੇਵਾਂਗੇ। ਤੇ ਵਧੀਆ ਚੀਜ਼ ਬਣਾਈ ਆ, ਅੱਗੋਂ ਵੀ ਸੋਭਾ ਮਿਲਦੀ ਭਾਅ ਜੀ। ਬਟਾਲੇ ਆਪਣੇ ਦਾ ਨਾਮ, ਆਪਣੇ ਬਟਾਲੇ ਦਾ ਨਾਮ ਰੋਸ਼ਨ ਕਰਤਾ ਭਾਅ ਜੀ ਉਹਨਾਂ ਨੇ। ਦੂਰ ਦੂਰ ਤੱਕ ਲੋਕੀ ਵੇਖਣ ਆਉਂਦੇ ਆ, ਸੈਲਫੀ ਆ ਕੇ ਚਾਹੁੰਦੇ ਆ ਤੇ ਵਧੀਆ ਲੱਗਣ ਦਾ ਮਾਣ ਮਹਿਸੂਸ ਹੋਣ ਡਿਆ ਭਾਅ ਜੀ। ਸੋ ਲੱਗਦਾ ਨੇ ਕਿ ਤੁਹਾਡੇ ਕਰਕੇ ਅੱਜ ਫਿਰ ਵੀਰ ਦਾ ਵੀ ਨਾਮ ਹੋ ਗਿਆ ਕਿਤੇ ਨਾ ਕਿਤੇ। ਹਾਂਜੀ ਹਾਂਜੀ ਹਾਂਜੀ, ਉਹ ਚਲੋ ਮਹਾਰਾਜ ਕਰਨ ਵਾਲਾ ਅਸੀਂ ਕੌਣ ਭਾਅ ਜੀ। ਹਾਂਜੀ ਭਾਅ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ 30 ਸਾਲ ਮੇਰੀ ਉਮਰ ਹੈਗੀ ਆ। 12 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ, ਲੋਹੇ ਦਾ ਕੰਮ।
ਤੇ ਅਸੀਂ ਗੁਰਦਾਸਪੁਰ ਤੁਹਾਨੂੰ ਆਰਡਰ ਮਿਲਿਆ, ਮੇਰੇ ਦੋਸਤ ਗਏ ਸੀ, ਉਹਨਾਂ ਨੇ ਮੈਨੂੰ ਆਰਡਰ ਦਵਾਇਆ ਤੇ ਇਟਲੀ ਦੇ ਜਹਾਜ਼ ਦਾ ਮਾਡਲ ਹੈ। ਉਹ ਕਹਿੰਦੇ ਇੱਦਾਂ ਦੀ ਸੇਮ ਚੀਜ਼ ਚਾਹੀਦੀ ਸਾਨੂੰ ਤੇ ਅਸੀਂ ਉਹੀ ਚੀਜ਼ ਉਹਨਾਂ ਨੂੰ ਤਿਆਰ ਕਰਤੀ। ਕਿੰਨਾ ਖਰਚਾ ਆ ਗਿਆ? ਖਰਚਾ ਭਾਜੀ ਹੁਣ ਤੱਕ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ, ਬਾਕੀ ਅੱਗੇ ਜੋ ਵੀ ਬਣਦਾ ਸਰਦਾ ਉਹ ਲਾਵਾਂਗੇ ਤੇ ਉਹ ਕਹਿੰਦੇ ਤੁਹਾਡੀ ਮਿਹਨਤ ਵੀ ਤੁਹਾਨੂੰ ਮਿਲੇਗੀ, ਤੁਸੀਂ ਕੰਮ ਕਰੋ। ਕਿੰਨਾ ਕੁ ਟਾਈਮ ਲੱਗ ਗਿਆ? ਟਾਈਮ ਭਾਜੀ 1-1.5 ਮਹੀਨੇ ਦਾ ਲੱਗ ਚੁੱਕਿਆ ਹੁਣ ਤੱਕ। ਪੂਰਾ ਤਿਆਰ ਹੋਣ ਵਾਲਾ, 1 ਹਫ਼ਤੇ ਦਾ ਕੰਮ ਬਾਕੀ ਹੈ ਤੇ ਬਾਕੀ ਬਸ ਹਫ਼ਤੇ ਤੱਕ ਸਾਡੀ ਪੂਰੀ ਤਿਆਰੀ ਹੋ ਜਾਣੀ। ਕਿੱਥੋਂ ਜਹਾਜ਼ ਬਣਿਆ ਤੇ ਕਿੱਥੇ ਜਾ ਕੇ ਲੱਗਣਾ? ਤੇ ਭਾਜੀ ਹਜਾਤ ਨਗਰ ਪਿੰਡ ਆ ਗੁਰਦਾਸਪੁਰ ਜ਼ਿਲ੍ਹੇ ਵਿੱਚ, ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸੀ ਵੀ ਏਦਾਂ ਮਾਡਲ ਬਣਾ ਕੇ ਦੇਣਾ ਤੁਸੀਂ ਤੇ ਬਟਾਲੇ ਤੋਂ ਤਿਆਰ ਹੋਇਆ, ਉੱਥੇ ਗੁਰਦਾਸਪੁਰ ਹਜਾਤ ਨਗਰ ਜਾ ਕੇ ਲੈਂਡ ਹੋਏਗਾ। ਕਿੰਨੇ ਕੁ ਲੋਕ ਫਿਰ ਖੜ ਖੜ ਕੇ ਸੈਲਫੀਆਂ ਕਰਾਉਂਦੇ ਨੇ, ਫੋਟੋਆਂ ਕਰਾਉਂਦੇ ਨੇ? ਕਾਫੀ ਲੋਕ ਭਾਜੀ, ਆ ਸ਼ਾਮਾਂ ਦਾ ਟਾਈਮ ਆ, ਹੁਣ ਕਾਫੀ ਲੋਕ ਇੱਥੇ ਆਉਣਗੇ ਤੇ ਸੈਲਫੀਆਂ ਵੀ ਲੈ ਕੇ ਜਾਣਗੇ, ਬਾਕੀ ਦੇਖ ਕੇ ਵੀ ਜਾਣਗੇ, ਬਾਕੀ ਬਕਾਇਦਾ ਮੋਬਾਈਲ ਨੰਬਰ ਵੀ ਲੈ ਕੇ ਜਾਂਦੇ ਨੇ। ਇਹ ਸਾਡੀ ਸ਼ੋਪ ਹੈਗੀ ਹੈ ਤੇ ਜੋ ਵੀ ਆਉਂਦਾ ਵਾ ਕਹਿੰਦਾ ਆਪਣਾ ਨੰਬਰ ਦੋ, ਅਸੀਂ ਵੀ ਆਰਡਰ ਤੁਹਾਨੂੰ ਦੇਣਾ। ਸੋ ਫਿਰ ਰਿਸ਼ਤੇਦਾਰਾਂ ਚ ਕਿੱਦਾਂ ਤੁਸੀਂ ਵੀ ਲੈ ਰਹੇ, ਲੋਕ ਕਰਦੇ ਰਿਸ਼ਤੇਦਾਰ ਪਰ ਵਧਾਈਆਂ ਵਧਾਈਆਂ ਦਿੰਦੇ ਨੇ? ਹਾਂਜੀ ਭਾਜੀ, ਉਦਣ ਦੇ ਬਹੁਤ ਫੋਨ ਆਉਂਦੇ ਰਿਸ਼ਤੇਦਾਰਾਂ ਦੇ, ਨਾਨਕਿਆਂ ਜੋ ਭੂਆ ਦੇ ਕੋਈ ਭੈਣਾਂ ਦੇ, ਸਾਰੇ ਵਧਾਈਆਂ ਦੇਣ ਡੇ ਆ ਵੀ ਸਾਡਾ ਭਰਾ ਚਲੋ ਥੋੜਾ ਬਹੁਤ ਵਾਇਰਲ ਹੋ ਰਿਹਾ, ਉਹ ਪਰਮਾਤਮਾ ਦੀ ਕਿਰਪਾ ਜੀ। ਸੋ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ? ਲੋਕਾਂ ਨੂੰ ਇਹੀ ਮੈਸੇਜ ਹੈ ਜੀ, ਕੰਮ ਕਰੋ, ਤਰੱਕੀ ਕਰੋ, ਆਪਣੇ ਦੇਸ਼ ਚ ਰਹੋ, ਜੋ ਵੀ ਤੁਹਾਡਾ ਬਣਦਾ ਉਹਦੀ ਮਿਹਨਤ, ਉਹਦਾ ਦੀ ਮਿਹਨਤ ਕਰੋ।